एवरीवन आज मैं ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਕੁਐਸਚਨ ਪੇਪਰ ਐਮਏ ਹਿੰਦੀ ਦਾ ਫਰਸਟ ਸਮੈਸਟਰ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਪੇਪਰ ਫੋਰਥ ਹੈ ਜੀ ਜੋ ਤੁਹਾਡਾ ਐਮਏ ਹਿੰਦੀ ਦੇ ਵਿੱਚ ਹੁੰਦਾ ਜੀ ਪੇਪਰ ਫੋਰਥ ਸੋ ਭਾਰਤੀ ਕਾਵਿਆ ਸ਼ਸਤਰਾ ਕੇ ਸਿਧਾਂਤ ਅਵਮ ਹਿੰਦੀ ਅਲੋਚਕ ਸੋ ਇਹ ਵਾਲਾ ਤੁਹਾਡਾ ਕੁਐਸਚਨ ਪੇਪਰ ਹੈ ਸੋ ਇਹ ਵਾਲਾ ਕੁਐਸਚਨ ਪੇਪਰ 2022 ਦਾ ਕੁਐਸਚਨ ਪੇਪਰ ਹੈ ਜੋ ਲਾਸਟ ਟਾਈਮ ਦੇ ਵਿੱਚ ਆਨਲਾਈਨ ਮੋਡ ਦੇ ਵਿੱਚ ਐਗਜ਼ਾਮ ਹੋਏ ਸੀਗੇ ਸੋ ਪੇਪਰ ਤੁਹਾਡਾ ਫੋਰਥ ਹੈ ਜੀ ਅੱਜ ਤੁਹਾਨੂੰ ਕੰਪਲੀਟ ਤੁਹਾਡਾ ਕੁਐਸਚਨ ਪੇਪਰ ਇਸ ਵੀਡੀਓ ਦੇ ਵਿੱਚ ਮਿਲੇਗਾ ਐਵੇਂ ਹਿੰਦੀ ਫਰਸਟ ਸੈਮੈਸਟਰ ਦਾ ਕੁਐਸਚਨ ਪੇਪਰ ਹੈ ਟੋਟਲ ਜੋ ਹੈ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਸੋ ਸਕਰੀਨ ਤੇ ਮੈਂ ਤੁਹਾਡਾ ਤੁਹਾਨੂੰ ਕੁਐਸਚਨ ਪੇਪਰ ਤੁਹਾਡਾ ਸ਼ੋ ਕਰਵਾਉਂਗੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੋ ਕੁਐਸਚਨ ਨੰਬਰ 2 ਵਰਨ ਤੇ ਕੁਐਸਚਨ ਨੰਬਰ 2 ਤੁਹਾਨੂੰ ਸਕਰੀਨ ਤੇ ਸ਼ੋਅ ਕਰ ਰਿਹਾ ਸੋ ਫਰਸਟ ਦੇ ਵਿੱਚ ਇਹਨਾਂ ਨੇ ਲਿਖਿਆ ਜੀ ਕਿੰਨੀ ਤਿੰਨ ਦੀਰਘ ਪ੍ਰਸ਼ਨੋ ਕੇ ਉੱਤਰ ਵਿਸਤਾਰ ਮੇਂ ਦਿਜੀਏ ਸੋ ਕਿਸੇ ਤਿੰਨ ਪ੍ਰਸ਼ਨ ਦੇ ਉੱਤਰ ਤੁਸੀ ਦੇਣੇ ਆ ਸੋ ਸਕਰੀਨ ਤੇ ਤੁਹਾਨੂੰ ਸ਼ੋਅ ਕਰ ਰਿਹਾ ਜੀ ਤੁਹਾਡਾ ਕੁਐਸਚਨ ਪੇਪਰ ਸੈਕੰਡ ਦੇ ਵਿੱਚ ਵੀ ਤੁਸੀ ਕਿਸੇ ਇੱਕ ਦਾ ਜੋ ਆਨਸਰ ਹੈ ਉਹ ਦੇਣਾ ਹੈ ਦੋ ਤੁਹਾਨੂੰ ਦਿੱਤੇ ਹੁੰਦੇ ਆ ਤਾਂ ਕਿਸੇ ਇੱਕ ਦਾ ਤੁਸੀ ਆਨਸਰ ਲਿਖਣਾ ਹੁੰਦਾ 15 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਸੋ ਇਹ ਸੀਗਾ ਜੀ ਪ੍ਰਸ਼ਨ ਨੰਬਰ 1 ਤੇ ਪ੍ਰਸ਼ਨ ਨੰਬਰ 2 ਨੈਕਸਟ ਮੈਂ ਤੁਹਾਨੂੰ ਸ਼ੋ ਕਰਵਾ ਰਹੀ ਹਾਂ ਜੀ ਪ੍ਰਸ਼ਨ ਨੰਬਰ 3 ਪ੍ਰਸ਼ਨ ਨੰਬਰ 3 ਤੁਹਾਨੂੰ ਸ਼ੋ ਕਰ ਰਹੀ ਆ ਜੀ ਕਿੰਨੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਜੀਏ ਸੋ ਜਿੰਨੇ ਵੀ ਤੁਹਾਨੂੰ ਦਿੱਤੇ ਹੋਏ ਨੇ ਕ ਖ ਗ ਘ ੜ ਓ ਛੋ ਜੋ ਇਹਨਾਂ ਦੇ ਵਿੱਚੋਂ ਕਿਸੇ ਵੀ ਚਾਰ ਪ੍ਰਸ਼ਨਾਂ ਦੇ ਤੁਸੀਂ ਉੱਤਰ ਦੇਣੇ ਆ ਸੋ 5 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਤੇ ਟੋਟਲ ਤੁਸੀਂ 20 ਮਾਰਕਸ ਗੇਨ ਕਰ ਸਕਦੇ ਹੋ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਮੈਂ ਪੇਪਰ ਮੈਂ ਹੋਰ ਵੀ ਕੁਐਸਚਨ ਪੇਪਰ ਤੇ ਵੀਡੀਓ ਤੁਹਾਡੇ ਲਈ ਬਣਾਉਂਦੀ ਰਹਾਂਗੀ ਹਿੰਦੀ ਨਾਲ ਸੰਬੰਧਤ ਸੋ ਜੇਕਰ ਹ ਤ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ